ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਇਨਸਾਫ ਮੰਗਦੇ ਸਿੱਖਾਂ ਤੇ ਤਸ਼ੱਦਦ, ਕਾਂਗਰਸ ਸਰਕਾਰ ਤੇ ਸਿੱਖ ਜਥੇਬੰਦੀ ਦੀ ਆਪਸੀ ਪਲਟਵਾਰ ਵਰਗੇ ਅਹਿਮ ਮੁੱਦਿਆਂ ਤੇ ਭਾਈ ਬਗੀਚਾ ਸਿੰਘ ਰੱਤਾ ਖੇੜਾ ਆਗੂ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਆਵਾਜ਼ੀ ਕੌਮ ਟੀਵੀ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ ਤੇ ਇਹਨਾਂ ਮੁੱਦਿਆਂ ਬਾਰੇ ਉਹਨਾਂ ਨੇ ਜੋ ਆਪਣੇ ਵਿਚਾਰ ਰੱਖੇ ਤੁਸੀਂ ਇਸ ਆਡੀਓ ਵਿੱਚ ਸੁਣ ਸਕਦੇ ਹੋ। ਆਵਾਜ਼ੀ ਕੌਮ ਦੇ ਦਰਸ਼ਕੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿਵੇਂ ਤੁਹਾਨੂੰ ਪਤਾ ਹੈ, 2 ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਜਿਹੜਾ CBI ਦੀ ਜਾਂਚ ਜਾਂ ਕਲੋਜਰ ਰਿਪੋਰਟ ਆ ਉਹਨੂੰ ਬੰਦ ਕਰਾਉਣ ਲਈ ਸਿੱਖਾਂ ਨੇ ਜਿਹੜਾ ਮੁਜ਼ਾਹਰਾ ਕੀਤਾ ਸੀ ਤੇ ਪੁਲਿਸ ਨੇ ਜਿਹੜਾ ਉਹਨਾਂ ਉੱਪਰ ਤਸ਼ੱਦਦ ਕੀਤਾ, ਜਿਹਦੇ ਵਿੱਚ ਭਾਈ ਬਗੀਚਾ ਸਿੰਘ ਹੋਣੀ ਦੀ ਦਸਤਾਰ ਵੀ ਲੱਥ ਗਈ ਤੇ ਤੁਸੀਂ ਫੋਟੋਆਂ ਵੀ ਦੇਖੀਆਂ ਸਾਰਾ। ਤੇ ਆਪਾਂ ਉਹਨਾਂ ਤੋਂ ਜਾਣਦੇ ਹਾਂ ਪੂਰਾ ਹਾਲ ਵੀ ਉਸ ਦਿਨ ਹੋਇਆ ਕੀ ਸੀ। ਸਾਡੇ ਨਾਲ ਲਾਈਨ ਤੇ ਹਾਜ਼ਰ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਵਾਜ਼ ਕੌਮ ਦੇ ਸਾਰੇ ਦਰਸ਼ਕਾਂ ਅਤੇ ਪੂਰੀ ਟੀਮ ਨੂੰ ਮੈਂ ਸਤਿ ਅਰਜ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਬਗੀਚਾ ਸਿੰਘ ਜੀ, ਅਸੀਂ ਮੁੱਦੇ ਤੇ ਹੀ ਆਉਂਦੇ ਹਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਨੂੰ ਲੈ ਕੇ, 2015 ਤੋਂ ਲੈ ਕੇ ਅੱਜ ਤੱਕ ਮਤਲਬ ਜਿਹੜਾ ਸਿੱਖ ਸੰਘਰਸ਼ ਕਰ ਰਹੇ ਆ ਉਹਦੇ ਵੱਖਰੇ ਵੱਖਰੇ ਪੜਾਅ ਵੀ ਆਏ ਆ। ਤੇ ਹੁਣ ਜਿਹੜਾ ਪਿਛਲੇ ਦਿਨੀ 2 ਦਿਨ ਪਹਿਲਾਂ 22 ਤਰੀਕ ਨੂੰ ਜਿਹੜਾ ਮੁਜ਼ਾਹਰਾ ਹੋਇਆ ਉੱਥੇ ਗੁਰਦੁਆਰਾ ਅੰਬ ਸਾਹਿਬ ਤੋਂ, ਜਦੋਂ ਮਤਲਬ CBI ਦੇ ਦਫ਼ਤਰ ਨੂੰ ਸੰਗਤਾਂ ਗਈਆਂ, ਤੇ ਉਹ ਪੂਰੀ ਘਟਨਾ ਹੋਈ ਕਿਵੇਂ ਆ, ਕੀ ਸੀਗਾ ਪ੍ਰੋਗਰਾਮ? ਪ੍ਰੋਗਰਾਮ ਇਸ ਤਰ੍ਹਾਂ ਸੀ ਜੀ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਨਰਾਦਰ ਹੋਇਆ 2015, ਤੁਹਾਨੂੰ ਪਤਾ ਜਿਹਦੇ ਬਹੁਤ ਜ਼ਿਆਦਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਾਲਾਤ ਵਿਗੜੇ, ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਧਰਨੇ ਮੁਜ਼ਾਹਰੇ ਲੱਗੇ, ਉਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਸਿੱਟ ਗਠਨ ਕੀਤੀ ਸੀਗੀ, ਪਹਿਲਾਂ ਬਾਦਲਾਂ ਨੇ ਕੀਤੀ, ਬਾਅਦ ਚ ਫਿਰ ਇਹਨੇ ਅਮਰਿੰਦਰ ਸਿੰਘ ਨੇ ਕੀਤੀ, ਜਿਹਦੇ ਵਿੱਚ ਖੱਟੜਾ ਜਿਹੜਾ ਹੈਗਾ ਉਹ ਆਗੂ ਸੀਗਾ, ਜਿਹੜਾ ਪੁਲਿਸ ਅਫਸਰ ਜਿਹੜਾ ਉਸ ਸਿੱਟ ਦਾ, ਤੇ ਉਹਨਾਂ ਨੇ ਦੋਸ਼ੀ ਫੜਨ ਦਾ ਦਾਅਵਾ ਕੀਤਾ ਸੀਗਾ ਵੀ ਜਿਹੜੇ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕੀਤਾ ਸੀਗਾ ਉਹ ਦੋਸ਼ੀ ਫੜੇ ਗਏ ਆ। ਉਹਨਾਂ ਨੇ ਜਿਹਦੇ ਵਿੱਚ ਸਰਸੇ ਵਾਲੇ ਦੀ 45 ਮੈਂਬਰੀ ਕਮੇਟੀ ਦਾ ਜਿਹੜਾ ਮੇਨ ਆਗੂ ਸੀਗਾ ਬਿੱਟੂ, ਉਹ ਵੀ ਇਸ ਕਾਂਡ ਜਿਹੜਾ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹੜੇ ਸਰੂਪ ਚੋਰੀ ਹੋਏ ਸਨ ਉਸ ਦਾ ਵਿੱਚ ਉਹ ਮੇਨ ਸੂਤਰਧਾਰ ਸੀਗਾ, ਤੇ ਉਹਦੇ ਨਾਲ ਬਾਕੀ ਜਿਹੜੇ ਨੇ ਉਹ ਵੀ ਫੜੇ ਗਏ ਸੀਗੇ ਜਿਨ੍ਹਾਂ ਨੇ ਇਹ ਸਾਰਾ ਕੁਝ ਕਾਰਾ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਨਿਰਾਦਰ ਕੀਤਾ। ਹਾਂਜੀ, ਉਹ ਉਹਨਾਂ ਨੇ ਕਰਨ ਤੋਂ ਬਾਅਦ ਉਹਨਾਂ ਨੇ ਕੋਰਟ ਦੇ ਵਿੱਚ ਵੀ ਕਬੂਲ ਵੀ ਕਰ ਲਿਆ ਉਹਨਾਂ ਨੇ ਵੀ ਇਹ ਸਾਡੇ ਤੋਂ ਗਲਤੀ ਹੋਈ ਹੈ, ਤੇ ਜਿੱਥੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਨਾਲੇ 'ਚ ਸੁੱਟੇ ਸੀਗੇ ਉਹ ਵੀ ਜਾ ਕੇ ਉਹਨਾਂ ਨੇ ਉੱਥੋਂ ਸ਼ੋਅ ਕਰਨ ਦੀ ਕਰਾਏ ਵੀ ਹਾਂ ਅਸੀਂ ਇੱਥੇ ਇਹ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਬਾਕੀ ਅੰਗ ਵੱਜਦੇ ਸੀ ਉਹ ਇੱਥੇ ਸੁੱਤੇ। ਜਾਣੀ ਕਿ ਸਾਰੀ ਘਟਨਾਕ੍ਰਮ ਦੇ ਵਿੱਚ ਉਹ ਇਹ ਸ਼ੋਅ ਹੋ ਗਿਆ ਸੀਗਾ ਵੀ ਇਹ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਾਂ ਜਿਹੜਾ ਵੀ ਕੋਈ ਹੋਇਆ, ਇਹਦੇ ਵਿੱਚ ਮੇਨ ਦੋਸ਼ੀ ਜਿਹੜੇ ਨੇ ਉਹ ਸਰਸੇ ਵਾਲੇ ਦੇ ਚੇਲੇ ਨੇ, ਮੇਨ ਚੇਲੇ ਦੀ ਜਿਹੜੀ 45 ਮੈਂਬਰੀ ਕਮੇਟੀ ਆ ਉਹਦੇ ਚੇਲੇ ਨੇ, ਤੇ ਇਸ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕੀਤਾ ਗਿਆ। ਜੇਲ੍ਹ 'ਚ ਬੰਦ ਕਰਨ ਤੋਂ ਬਾਅਦ ਜਿਹੜੇ ਸਿੱਖਾਂ ਨੂੰ ਆਮ ਗੁੱਸਾ ਬਹੁਤ ਜ਼ਿਆਦਾ ਸੀ ਇਹਨਾਂ ਤੇ ਵੀ ਇਹਨਾਂ ਨੇ ਸਾਡੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕੀਤਾ ਤੇ ਕਿਤੇ ਵੀ ਸਾਡੇ ਅੜਿੱਕੇ ਆ ਜਾਂਦੇ ਸੀ ਬਦਲਾ ਲਾਂਗੇ, ਜੋ ਸਿੱਖ ਕੌਮ ਦੇ ਵਿੱਚ ਹਮੇਸ਼ਾ ਰਿਹਾ ਉਹਨਾਂ ਨੇ ਕੋਈ ਵੀ ਆਪਣਾ ਦੁਸ਼ਮਣ ਨਹੀਂ ਛੱਡਿਆ, ਭਾਵੇਂ ਉਹ ਦੇਸ਼ ਦੀ ਪ੍ਰਧਾਨ ਮੰਤਰੀ ਹੋਵੇ, ਭਾਵੇਂ ਉਹ ਜਨਰਲ ਵੈਦਿਆ ਹੋਵੇ, ਭਾਵੇਂ ਮੁੱਖ ਮੰਤਰੀ ਹੋਵੇ ਤੇ ਭਾਵੇਂ ਮਸਾ ਰੰਗੜ, ਤੇ ਜਿਵੇਂ ਪੂਰਾ ਇਤਿਹਾਸ ਆਪਾਂ ਪੜ੍ਹ ਲਈਏ ਵੀ ਉਹਨਾਂ ਨੇ ਕਦੀ ਵੀ ਸਿੱਖ ਕੌਮ ਨੇ ਬਖਸ਼ਿਆ ਨੀਗਾ। ਇਹਦੇ ਮੱਦੇਨਜ਼ਰ ਹੀ ਜੇਲ੍ਹ ਦੇ ਵਿੱਚ ਵੀ ਜਿਹੜਾ ਇਹ ਸੀਗਾ ਬਿੱਟੂ ਸਰਸੇ ਵਾਲੇ ਦਾ ਜਿਹੜਾ ਮੇਨ 45 ਮੈਂਬਰੀ ਦਾ ਆਗੂ ਸੀਗਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ ਵਾਲੀ ਜਿਹੜੀ ਟੀਮ ਹੈ ਉਹਦਾ ਵੀ ਇਹ ਮੇਨ ਆਗੂ ਸੀ, ਉਹਨੂੰ ਸਿੰਘਾਂ ਨੇ ਸੋਧਾ ਲਾਤਾ ਜੇਲ੍ਹ ਦੇ ਵਿੱਚ ਹੀ। ਠੀਕ ਹੈ, ਜਦੋਂ ਜੇਲ੍ਹ ਸੋਧਾ ਲਾਤਾ ਤੇ ਇਹ ਸਰਸੇ ਵਾਲਿਆਂ ਨੇ ਉਹਦਾ ਸੰਸਕਾਰ ਕਰਨ ਤੋਂ ਰੋਕਿਆ ਵੀ ਅਸੀਂ ਸੰਸਕਾਰ ਨਹੀਂ ਕਰਨਾ, ਅਸੀਂ ਜਿਹੜਾ ਹੈਗਾ ਇਹਦਾ ਮੁਜ਼ਾਹਰੇ ਕਰਨੇ ਆ। ਸਰਕਾਰ ਨੇ ਗੱਲਬਾਤ ਚੱਲੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਸਰਕਾਰ ਕੋਲ ਮੰਗ ਰੱਖੀ ਸੀਗੀ ਸਰਸੇ ਵਾਲਿਆਂ ਨੇ ਵੀ ਜਾਂ ਤੇ ਤੁਸੀਂ ਸਾਡੀਆਂ ਮੰਗਾਂ ਮੰਨੋ ਤੇ ਨਹੀਂ ਤੇ ਅਸੀਂ ਇਹਦਾ ਜਿਹੜੀ ਲਾਸ਼ ਲੈ ਕੇ ਆ ਤੇ ਪੰਜਾਬ ਦੇ ਵਿੱਚ ਅਸੀਂ
ਧਰਨੇ ਮੁਜ਼ਾਹਰੇ ਕਰਾਂਗੇ, ਕਿਉਂਕਿ ਇਹਨਾਂ ਪਹਿਲਾਂ ਵੀ ਜਦੋਂ ਧਰਨੇ ਮੁਜ਼ਾਹਰੇ ਕੀਤੇ ਆ ਨਾ ਸੰਸਥੇ ਵਾਲਿਆਂ ਨੇ, ਇਹਨਾਂ ਨੇ ਬੜੇ ਹਿੰਸਕ ਧਰਨੇ ਮੁਜ਼ਾਹਰੇ ਕੀਤੇ ਆ। ਇਹਨਾਂ ਨੇ ਬੱਸਾਂ ਸਾੜੀਆਂ, ਗੱਡੀਆਂ ਸਾੜੀਆਂ, ਪੈਟਰੋਲ ਪੰਪ ਸਾੜੇ, ਇਹਨਾਂ ਨੇ ਰਸਤੇ 'ਚ ਆਉਂਦੇ ਜਾਂਦੇ ਲੋਕਾਂ ਨੂੰ ਪਰੇਸ਼ਾਨ ਕੀਤਾ, ਟ੍ਰੇਨਾਂ ਰੋਕੀਆਂ, ਜਿਹਨਾਂ ਕਿ ਬੜੇ ਖਤਰਨਾਕ ਧਰਨੇ ਮੁਜ਼ਾਹਰੇ ਰਹੇ ਆ ਇਹਨਾਂ ਦੇ ਸੰਸਥੇ ਵਾਲਿਆਂ ਦੇ, ਜਿੰਨੀ ਵਾਰ ਵੀ ਇਹਨਾਂ ਧਰਨੇ ਮੁਜ਼ਾਹਰੇ ਕੀਤੇ। ਤੇ ਸਰਕਾਰ ਨੂੰ ਜਦੋਂ ਇਹਨਾਂ ਨੇ ਮੰਗ ਰੱਖੀ ਵੀ ਜਾਂ ਤੇ ਸਾਡੇ ਜਿਹੜੇ ਪਰਚਾ ਦਰਜ ਕੀਤਾ ਇਹ ਬਿੱਟੂ ਤੇ ਵੀ ਤੇ ਨਾਂ ਦੇ ਸਾਥੀਆਂ ਤੇ ਬੇਅਦਬੀ ਦੇ ਦੋਸ਼ੀ ਬਣਾਏ ਆ, ਉਹ ਕੇਸਾਂ ਨੂੰ ਵਾਪਸ ਲਵੋ। ਠੀਕ ਹੈ, ਤੇ ਜੇ ਤੁਸੀਂ ਵਾਪਸ ਲਓਗੇ ਫਿਰ ਤੁਸੀਂ ਸੰਸਕਾਰ ਕਰ ਦਾਂਗੇ, ਜੇ ਤੁਸੀਂ ਇਹ ਕੇਸ ਨੂੰ ਵਾਪਸ ਨਹੀਂ ਲੈਂਦੇ ਤੇ ਫਿਰ ਅਸੀਂ ਸੰਸਕਾਰ ਨਹੀਂ ਕਰਨਾ। ਠੀਕ ਹੈ, ਸਰਕਾਰ ਨੇ ਤੇ ਸੀਬੀਆਈ ਨੇ ਸੈਂਟਰ ਗੌਰਮੈਂਟ ਨੇ ਸਰਸੇ ਵਾਲਿਆਂ ਅੱਗੇ ਗੋਡੇ ਟੇਕਦੇ ਤੇ ਉਹਨਾਂ ਨੇ ਉਹਨਾਂ ਨਾਲ ਸਮਝੌਤਾ ਕਰ ਲਿਆ ਵੀ ਠੀਕ ਹੈ ਅਸੀਂ ਇਹ ਤੇ ਜਿਹੜੇ ਬਿੱਟੂ ਦੇ ਕੇਸ ਪਿਆ ਹੋਇਆ ਜਾਂ ਦੇ ਸਾਥੀਆਂ ਦੇ ਉਹ ਕੇਸ ਨੂੰ ਅਸੀਂ ਵਾਪਸ ਕਰਾਵਾਂਗੇ, ਭਾਵੇਂ ਉਹ ਸਿੱਟ ਕੋਲੇ ਕੇਸ ਭਾਵੇਂ ਉਹ ਸੀਬੀਆਈ ਕੋਲ ਆ, ਅਸੀਂ ਉਹਨੂੰ ਵਾਪਸ ਕਰਾਵਾਂਗੇ। ਇਹ ਉਹਨਾਂ ਦਾ ਸੌਦਾ ਹੋ ਗਿਆ। ਸੌਦੇਬਾਜ਼ੀ ਹੋਣ ਤੋਂ ਬਾਅਦ ਸਰਕਾਰ ਨੇ ਆਪਣੀ ਕੀਤੀ ਹੋਈ ਗੱਲ ਸੀ ਜਿਹੜੀ ਸੌਦੇ ਸਾਧੇ ਟੀਮ ਦੇ ਨਾਲ, ਉਹਦੇ ਉੱਤੇ ਪੂਰਾ ਉਤਰਨਾ ਸ਼ੁਰੂ ਕੀਤਾ। ਉਹਨਾਂ ਨੇ ਕੀ ਕੀਤਾ, ਜਿਹੜੀ ਰਿਪੋਰਟ ਤਿਆਰ ਹੋਈ ਸੀ, ਜਿਹੜੀ ਸੀਬੀਆਈ ਦੀ ਜਾਂਚ ਹੋਈ ਸੀ ਸਾਰੀ, ਉਹਨੂੰ ਇਹਨਾਂ ਨੇ ਬੰਦ ਕਰਤਾ, ਕਲੋਜ਼ ਕਰਤਾ ਉਸ ਰਿਪੋਰਟ ਨੂੰ, ਤੇ ਉਹ ਜਿਹੜੇ ਵੀ ਦੋਸ਼ੀ ਸਨ ਉਹਨਾਂ ਨੂੰ ਬਰੀ ਕਰਤਾ, ਜੇਲ੍ਹ ਵਿੱਚੋਂ ਬਾਹਰ ਕੱਢ ਦਿੱਤੇ ਜਿਹੜੇ ਬੱਚੇ ਸਨ। ਬਿੱਟੂ ਮਾਰਿਆ ਗਿਆ ਜੇਲ੍ਹ 'ਚ, ਜਿਹੜੇ ਨਾਲ ਦੇ ਸਨ ਬਗੀਚਾ ਸਿੰਘ ਜੀ, ਉਹਨਾਂ ਦੀਆਂ ਜ਼ਮਾਨਤਾਂ ਹੋਈਆਂ ਜਾਂ ਛੱਡੇ ਦਿੱਤੇ ਆ? ਇਸ ਕੇਸ 'ਚ ਛੱਡ ਦਿੱਤੇ ਗਏ ਆ, ਬਰੀ ਕਰਤੇ ਆ ਕੁਛ, ਉਹਨਾਂ ਦੇ ਦੋ ਚਾਰ ਕੇਸ ਹੋਰ ਸੀ ਉਹਨਾਂ 'ਚ ਜ਼ਮਾਨਤਾਂ ਹੋਈਆਂ। ਇਹਨਾਂ ਦੇ ਕੇਸ ਜਿਹੜੇ ਬੰਦੇ ਸੀ ਇਹਨਾਂ ਦੇ ਜਿਹੜੇ ਉੱਪਰ ਧਰਨੇ ਮੁਜ਼ਾਹਰੇ ਕੀਤੇ ਸੀ ਉਹਨਾਂ 'ਚ ਇਹਨਾਂ ਬੱਸਾਂ ਸਾੜੀਆਂ ਸੀ, ਉਹਦੇ ਵਿੱਚ ਇਹਨਾਂ ਜ਼ਮਾਨਤਾਂ ਹੋਈਆਂ ਨੇ, ਤੇ ਜਿਹੜਾ ਮੇਨ ਕੇਸ ਸੀਗਾ ਉਹਦੇ ਵਿੱਚੋਂ ਇਹਨਾਂ ਨੂੰ ਛੱਡਿਆ ਗਿਆ। ਤੁਸੀਂ ਹੁਣ ਸੀਬੀਆਈ ਨੂੰ ਜਿਹੜਾ ਮੰਗ ਪੱਤਰ ਦੇਣ ਜਾ ਰਹੇ ਸੀ ਜਾਂ ਕੀ ਕਰਨ ਜਾ ਰਹੇ ਸੀ ਉੱਥੇ? ਅਸੀਂ ਜਿਹੜਾ ਇਹ ਜਥੇਬੰਦੀਆਂ ਦਾ ਫਿਰ ਵਿਚਾਰ ਬਣਿਆ ਸੀਗਾ ਵੀ ਅਸੀਂ ਸੀਬੀਆਈ ਨੂੰ ਇੱਕ ਵਾਰੀ ਆਪਣੀ ਜਿਹੜੀ ਗੱਲਬਾਤ ਉਹ ਦੱਸੀਏ ਵੀ ਗਲਤ ਕਰ ਰਹੇ ਹੋ ਤੁਸੀਂ, ਇਹਨੂੰ ਰਿਪੋਰਟ ਨੂੰ ਕਲੋਜ਼ ਨਾ ਕਰੋ, ਇਹਦੀ ਜਿਹੜੀ ਇਨਕੁਆਇਰੀ ਹੈ ਉਹਨੂੰ ਜਾਰੀ ਰੱਖੋ, ਤੁਸੀਂ ਇਹ ਜਿਹੜਾ ਉਹਨਾਂ ਨਾਲ ਸੌਦਾ ਹੋਇਆ ਸਰਕਾਰ ਦਾ ਉਹਦੇ ਤੇ ਨਾ ਚੱਲੋ, ਤੁਸੀਂ ਸਾਨੂੰ ਹੱਕ ਦਿਓ। ਅਸੀਂ ਸਿਰਫ ਉਹਨਾਂ ਨੂੰ ਇੱਕ ਮੰਗ ਪੱਤਰ ਦੇ ਜਾ ਰਹੇ ਸੀਗੇ, ਜਿਹੜੇ ਕਿ ਆਪਣਾ ਰੋਲ ਜਿਹੜਾ ਉਹ ਦੱਸਣ ਜਾ ਰਹੇ ਸੀਗੇ, ਅਸੀਂ ਕੋਈ ਉੱਥੇ ਕੋਈ ਹੰਗਾਮਾ ਕਰਨੇ ਸੀ ਜਾ ਰਹੇ, ਅਸੀਂ ਸਿਰਫ ਆਪਣਾ ਰੋਹ ਹੈ ਉਹ ਦੱਸ ਜਿਹੜਾ ਉਹ ਲਿਖਾ ਜਾ ਰਹੇ ਸੀ, ਉਹਨਾਂ ਨੂੰ ਆਪਣਾ ਜਿਹੜਾ ਮੰਗ ਪੱਤਰ ਸੀ ਵੀ ਇਹ ਜਿਹੜੀ ਹੈਗੀ ਆ ਰਿਪੋਰਟ ਇਹਨੂੰ ਕਲੋਜ਼ ਨਾ ਕਰੋ। ਪਰ ਸਰਕਾਰ ਨੇ ਬੜੀ ਇੱਕ ਸਾਜਿਸ਼ ਦੇ ਨਾਲ ਇਹਨੂੰ ਦੁਬਾਰੇ ਕੋਟਕਪੂਰੇ ਵਾਲਾ ਜਿਹੜਾ ਉਹੋ ਜਿਹਾ ਕਾਂਡ ਬਣਾਉਣ ਦੀ ਜਿਹੜੀ ਸਾਜਿਸ਼ ਰੱਖੀ ਸੀ, ਮੈਂ ਤੁਹਾਨੂੰ ਦੱਸਣਾ ਇਹਨਾਂ ਦੀ ਬੜੀ ਵੱਡੀ ਚਾਲ ਸੀ। ਇਹਨਾਂ ਨੇ ਗੋਲੀਆਂ ਚਲਾਉਣੀਆਂ ਸੀ, ਇਹਨਾਂ ਦੇ ਬੰਦੇ ਹੋਰ ਵੀ ਮਾਰਨੇ ਸਨ। ਇਹਨਾਂ ਨੇ ਜਿੱਥੇ ਬੰਦ ਕੀਤਾ ਸੀਗਾ, ਜਿੱਥੇ ਇਹਨਾਂ ਨੇ ਬੈਰੀਕੇਡ ਲਾਏ ਸੀਗੇ, ਉਹਨਾਂ ਨੇ ਬੈਰੀਕੇਡ ਉੱਥੇ ਲਾਏ ਸੀ ਜਿੱਥੇ ਕਾਫੀ ਰੋੜੇ ਇੱਟੇ ਤੇ ਕਾਫੀ ਕੁਛ ਸਮਾਨ ਇਹੋ ਜਿਹਾ ਪਿਆ। ਦੇਖੋ ਚੰਡੀਗੜ੍ਹ ਵਰਗੇ ਸ਼ਹਿਰ 'ਚ ਮੋਹਾਲੀ 'ਚ ਇਹੋ ਜਿਹੀ ਜਗ੍ਹਾ ਨਹੀਂ ਹੈਗੀ ਜਿੱਥੇ ਵੀ ਰੋੜੇ ਇੱਟੇ ਪਏ ਹੋਣ। ਇਹਨਾਂ ਨੇ ਉੱਥੇ ਲਾਇਆ ਇਹ ਬੈਰੀਕੇਡ, ਉੱਥੇ ਲਾਏ ਵੀ ਇਹਨਾਂ 'ਚੋਂ ਕੋਈ ਨਾ ਕੋਈ ਇੱਟੇ ਰੋੜੇ ਪੁਲਿਸ ਨੂੰ ਮਾਰੇ ਤੇ ਪੁਲਿਸ ਇਹਨਾਂ ਤੇ ਗੋਲੀ ਚਲਾਏ। ਪਰ ਜਿਹੜੇ ਸਾਰੇ ਸੀਗੇ ਉਹ ਸਾਰੇ ਬੜੇ ਸੂਝਵਾਨ ਸੀ, ਨੌਜਵਾਨ ਸਾਰੇ, ਉਹ ਬੜੇ ਆਪਣੇ ਜਾਪਦੇ ਵਿੱਚ ਰਹਿ ਕੇ ਜਿਹੜਾ ਨਾਮ ਜਪਦੇ ਜਾ ਰਹੇ ਸੀਗੇ, ਵਾਹਿਗੁਰੂ ਦਾ ਨਾਮ ਜਪਦੇ ਜਾ ਕੇ ਉਹਨਾਂ ਨੇ ਆਪਣਾ ਮੰਗ ਪੱਤਰ ਦੇ ਕੇ ਵਾਪਸ ਆਉਣਾ ਸੀ। ਪਰ ਸਰਕਾਰ ਨੇ ਇਹਨਾਂ ਨੂੰ ਚੰਡੀਗੜ੍ਹ ਐਂਟਰਿੰਗ ਨਹੀਂ ਦਿੱਤਾ, ਪੰਜਾਬ ਪੁਲਿਸ ਨੇ ਘੇਰ ਲਿਆ ਕੇ ਪਹਿਲੇ ਹੀ, ਪੰਜਾਬ ਪੁਲਿਸ ਨੇ ਘੇਰ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਮੰਗ ਪੱਤਰ ਸਾਨੂੰ ਦਿਓ, ਅਸੀਂ ਆਪੇ ਸੀਬੀਆਈ ਕੋਲ ਪਹੁੰਚਾ ਦਾਂਗੇ। ਇੱਥੇ ਜਿਹੜੇ ਸਾਡੇ ਆਗੂ ਸੀਗੇ ਸਾਰੇ ਜਥੇਬੰਦੀਆਂ ਨੇ ਕਿਹਾ ਵੀ ਨਹੀਂ, ਅਸੀਂ ਆਪਣਾ ਜਿਹੜਾ ਮੰਗ ਪੱਤਰ ਹੈ ਅਸੀਂ ਆਪ ਦੇ ਕੇ ਆਉਣਾ, ਸੀਬੀਆਈ ਨੂੰ ਤੁਸੀਂ ਕੌਣ ਹੁੰਦੇ ਹੋ? ਪੰਜਾਬ ਪੁਲਿਸ ਦਾ ਮਤਲਬ ਹੀ ਕੋਈ ਨਹੀਂ ਵੇਚਾਂਗੇ ਕਿ ਪੰਜਾਬ ਪੁਲਿਸ ਦਫ਼ਤਰ ਕਹਿਣ ਸਾਨੂੰ ਫੜਾ ਦਿਓ ਅਸੀਂ ਪਹੁੰਚਾ ਦਾਂਗੇ, ਤੇ ਫਿਰ ਤਾਂ ਤੁਸੀਂ ਗੁਰੂ ਘਰ ਆ ਜਾਂਦੇ, ਸਾਨੂੰ ਏਡੀ ਦੂਰ ਤੁਰ ਕੇ ਆਉਣਾ ਕਿਉਂ ਪਿਆ? ਪਰ ਉਹਨਾਂ ਨੇ ਸਾਡੇ ਨਾਲ ਬਦਕੀ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਅਸੀਂ ਆਪਣਾ ਵਿਰੋਧ ਕਰਕੇ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਨਾਲ ਦੀ ਨਾਲ ਸਾਡੇ ਤੇ ਪਾਣੀ ਦੀਆਂ ਬਿਸ਼ਾਰਾ ਕਰਦੀਆਂ। ਤੇ ਜੇ ਕਿਤੇ ਉਹਦੇ ਵਿੱਚੋਂ ਕੁਲ ਸਿੰਘ ਜਿਵੇਂ ਗੁੱਸੇ 'ਚ ਆਏ ਸੀਗੇ, ਜਿਵੇਂ ਇਹਨਾਂ ਨੇ ਤੁਸੀਂ ਇੱਕ ਵੀਡੀਓ ਵੇਖੋ ਅੱਗੋਂ ਜਦੋਂ ਅਸੀਂ ਉਹਨੂੰ ਬੈਰੀਕੇਡ ਨੂੰ ਪੂਰਾ ਕਰ ਰਹੇ ਸੀ ਤੇ ਪੁਲਿਸ ਵਾਲੇ ਕਿ ਹੁੱਜਾ ਮਾਰ ਰਹੇ ਸੀਗੇ ਉਹਦੀਆਂ ਸੋਟੀਆਂ ਨਾਲ, ਡੰਡਿਆਂ ਦੇ ਨਾਲ ਹੁੱਜ ਮਾਰ ਰਹੇ ਸੀ, ਭਾਵੇਂ ਕਿਸੇ ਸਿਰ 'ਚ ਵੱਜਦੇ ਭਾਵੇਂ ਅੱਖ 'ਚ ਵੱਜਦੇ ਕਿਤੇ ਵੱਜਦੀ, ਉਹ ਇੰਨਾ ਕਿ ਲੋਕਾਂ ਨੂੰ ਉਕਸਾ ਰਹੇ ਸੀ, ਨੌਜਵਾਨਾਂ ਨੂੰ
ਪੀਏ ਕਿਤੇ ਨਾ ਕਿਤੇ ਕੋਈ ਅਹਿੰਸਕ ਰੂਪ ਧਾਰਨ ਕਰਨ, ਪਰ ਨੌਜਵਾਨ ਬੜੇ ਜਾਗਦੇ ਚ ਰਹੇ, ਉਹਨਾਂ ਨੇ ਬਿਲਕੁਲ ਵੀ ਇਹੋ ਜਿਹਾ ਨਹੀਂ ਕੀਤਾ ਜਿਹਦੇ ਨਾਲ ਸਰਕਾਰ ਨੂੰ ਗੋਲੀ ਜਿਹੜੀ ਸਿੱਧੀਆਂ ਗੋਲੀਆਂ ਮਾਰਨ ਦਾ ਮੌਕਾ ਮਿਲਦਾ। ਪਰ ਫਿਰ ਵੀ ਇਹਨਾਂ ਨੇ ਇੱਕ ਜਦੋਂ ਦੇਖੋ ਸ਼ਾਂਤ ਹੋ ਕੇ ਬਹਿ ਗਏ ਸੀ, ਇਹਨਾਂ ਸ਼ਾਂਤ ਹੋਣ ਤੋਂ ਬਹਿਣ ਤੋਂ ਬਾਅਦ ਅਥਰੂ ਗੋਲੇ ਜਿਹੜੇ ਨੇ ਸੁੱਟਣੇ ਸ਼ੁਰੂ ਕਰਤੇ, ਇਹਨਾਂ ਨੇ ਹਵਾ 'ਚ ਗੋਲੀ ਚਲਾਈ, ਇਹਨਾਂ ਨੇ ਜਿਹੜਾ ਹੈਗਾ ਜਦੋਂ ਪਾਣੀ ਜਿਹੜਾ ਐਡੀ ਤੇਜ਼ ਵਿਛਾਰਾਂ ਮਾਰੀਆਂ ਕਿ ਜਿਹਦੇ ਪਾਣੀ ਵੱਜਦਾ ਸੀ ਉਹ ਕਿੰਨੇ ਕਿੰਨੇ ਰੁੜਦਾ ਗਿਆ ਸੜਕਾਂ ਤੇ। ਇੱਕ ਸਿੰਘ ਦੀ ਬਾਂਹ ਦੇ ਵਿੱਚ ਫ੍ਰੈਕਚਰ ਆ ਗਿਆ, ਇੱਕ ਦੇ ਲੱਤ 'ਚ ਫ੍ਰੈਕਚਰ ਆ ਗਿਆ, ਇੱਕ ਦਾ ਕੰਨ ਪਾੜ ਗਿਆ, ਐਡੀ ਜ਼ੋਰ ਦੀ ਪਾਣੀ ਵੱਜਾ ਕੰਨ ਦੇ ਵਿੱਚ, ਜਿਹਨਾਂ ਕੰਨ ਦਾ ਪੜਦਾ ਪਾੜਦਾ ਹਿਸਾਬ ਲਓ ਕਿੱਡੀ ਜ਼ੋਰ ਦੀ ਪਾਣੀ ਜਿਹੜਾ ਹੈਗਾ ਉਹ ਮਾਰਿਆ ਗਿਆ। ਫਿਰ ਗੰਦਾ ਪਾਣੀ ਤੁਸੀਂ ਦੇਖਿਆ ਹੋਣਾ, ਅੱਜ ਤੱਕ ਕਿਸੇ ਨੇ ਗੰਦਾ ਪਾਣੀ ਨਹੀਂ ਪਾਇਆ ਗਿਆ। ਤੁਸੀਂ ਦੇਖਿਆ ਹੋਣੇ ਨੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦੀਆਂ ਜਿਹੜੀਆਂ ਪੱਗਾਂ ਜਾਂ ਕੱਪੜੇ ਨੇ ਉਹ ਗੰਦੇ ਪਾਣੀ ਦੇ ਨਾਲ ਜਿਹੜੇ ਚਿੱਕੜੇ ਉਹਦੇ ਨਾਲ ਭਰੇ ਪਏ ਸੀਗੇ ਕਈਆਂ ਦੇ। ਪੰਜਾਬ ਅਸੈਂਬਲੀ ਦੇ ਵਿਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਰੱਖੀ ਆ, ਉੱਥੇ ਇਹ ਮਤਲਬ ਗਵਰਨਮੈਂਟ ਨੇ ਐਲਾਨ ਕੀਤਾ, ਮੁੱਖ ਮੰਤਰੀ ਨੇ ਐਲਾਨ ਕੀਤਾ, ਕੈਪਟਨ ਅਮਰਿੰਦਰ ਸਿੰਘ ਨੇ, ਵੀ ਜਿਹੜਾ CBI ਤੋਂ ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਪੂਰੇ ਸਦਨ ਨੇ ਮਤਲਬ ਮਤਾ ਪਾਸ ਕੀਤਾ ਕਿ CBI ਤੋਂ ਜਾਂਚ ਵਾਪਸ ਲਈ ਜਾਵੇ, ਹੈ ਨਾ। ਹੁਣ ਕਈ ਵਾਰੀ ਬਾਹਰ ਜਿੱਦਾਂ ਆਪਣੇ ਸਿੱਖ ਜਿਹੜੇ ਆ ਜਾਂ ਮੈਂ ਵੀ ਹਾਂ ਜਾਂ ਤੁਸੀਂ ਵੀ ਆ, ਉਹਨਾਂ ਨੂੰ ਇਹ ਸਮਝ ਨਹੀਂ ਲੱਗਦਾ ਵੀ ਇਹ ਜਿਹੜਾ ਕੇਸ CBI ਵੀ ਕਰ ਰਹੀ ਆ ਅਤੇ ਜਿਹੜੀ ਪੰਜਾਬ ਗੌਰਮੈਂਟ ਵੱਲੋਂ ਇੱਕ ਸੈੱਟ ਬਣਾਈ ਉਹ ਵੀ ਕਰ ਰਹੀ ਆ, ਅਤੇ ਫਿਰ ਜੇ CBI ਉਹ ਕੇਸ ਵਾਪਸ ਵੀ ਲੈ ਲੈਂਦੀ ਆ ਜਾਂ ਕਲੋਜ਼ਰ ਰਿਪੋਰਟ ਦੇ ਵੀ ਦਿੰਦੀ ਆ, ਇਹਦੇ 'ਚ ਫਰਕ ਕੀ ਆ? ਮਤਲਬ ਉਹਨੂੰ ਤੁਸੀਂ CBI ਦੇ ਕੋਲ ਜਾਣ ਦੀ ਬਜਾਏ ਪੰਜਾਬ ਗੌਰਮੈਂਟ ਨੂੰ ਜਾਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਿਉਂ ਨਹੀਂ ਕੀਤਾ? ਵੀ ਜਿਨ੍ਹਾਂ ਨੇ ਇਹ ਕਿਹਾ ਸੀ ਵੀ ਅਸੀਂ CBI ਤੋਂ ਜਾਂਚ ਵਾਪਸ ਲੈ ਲਾਂਗੇ, ਉਹਨੀ ਲਈ ਕਿਉਂ ਨਹੀਂ? ਦੇਖੋ ਜਿਹੜਾ ਜਿਹੜੀ CBI ਆ ਇਹ ਸੈਂਟਰ ਗੌਰਮੈਂਟ ਦੇ ਅੰਦਰ ਜਿਹੜੀ ਆ ਕੰਮ ਕਰਦੀ ਹੋਈ ਆ, ਤੇ ਪੰਜਾਬ ਗੌਰਮੈਂਟ ਜਿਹੜੀ ਆ ਇਹਨਾਂ ਨੇ ਬੜਾ ਪਹਿਲਾਂ ਇਹਨਾਂ ਨੇ ਹਵਾ 'ਚ ਢੀਂਗਾਂ ਮਾਰੀਆਂ ਨਾ ਵੀ ਬਾਦਲਾਂ ਨੇ ਕੁਛ ਨਹੀਂ ਕੀਤਾ, ਅਸੀਂ ਇੰਝ ਕਰ ਦਾਂਗੇ, ਅਸੀਂ ਹੁਣ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ ਦੋਸ਼ੀਆਂ ਨੂੰ। ਪਰ ਇਹਨਾਂ ਨੇ ਤੇ ਦੋਸ਼ੀਆਂ ਦੇ ਨਾਲ ਸਮਝੌਤਾ ਕਰ ਲਿਆ, ਜਦੋਂ ਇਹਨਾਂ ਨੇ ਸਮਝੌਤੇ ਕਰ ਲਿਆ ਸੀ ਤੇ ਸਾਨੂੰ ਉਦੋਂ ਨਾਲ ਆਸ ਸੀਗੀ ਵੀ CBI ਸਾਡੀ ਗੱਲ ਸੁਣ ਲੇਗੀ, ਪੰਜਾਬ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ। ਪੰਜਾਬ ਸਰਕਾਰ ਜਿਹੜੀ ਉਹ ਗੋਡੇ ਟੇਕ ਚੁੱਕੀ ਹੈ ਵੋਟਾਂ ਲੈਣ ਦੇ ਮਾਰੇ, ਉਹ ਸਾਰਾ ਕੁਝ ਸਮਝੌਤਾ ਕਰ ਚੁੱਕੇ ਨੇ ਇਹਦੇ ਨਾਲ ਸਰਸੇਵਾਲੇ ਦੇ ਨਾਲ। ਪਰ CBI ਤੋਂ ਕੁਝ ਨਾ ਕੁਝ ਸਾਨੂੰ ਆਸ ਸੀ ਵੀ ਉਹਨਾਂ ਕੋਲ ਜਾ ਕੇ ਅਸੀਂ ਆਪਣਾ ਰੋਹ ਯਾਦ ਕਰੀਏ, ਅਸੀਂ ਉਹਨਾਂ ਕੋਲ ਆਪਣਾ ਰੋਹ ਯਾਦ ਕਰਨ ਗਏ ਸੀ ਵੀ ਤੁਸੀਂ ਇਹ ਸਰਕਾਰਾਂ ਦੇ ਅੰਡਰ ਆ ਕੇ ਕੰਮ ਨਾ ਕਰੋ, ਤੁਸੀਂ ਇਨਸਾਫ ਦਿਓ ਸਾਨੂੰ। ਇਸ ਕਰਕੇ ਅਸੀਂ ਮੁੱਖ ਮੰਤਰੀ ਦੀ ਕੋਠੀ ਨਾ ਘੇਰਨ ਦੀ ਬਜਾਏ ਅਸੀਂ CBI ਕੋਲ ਆਪਣਾ ਜਿਹੜਾ ਹੈਗਾ ਉਹ ਦੁੱਖ ਦੱਸਣ ਜਾ ਰਹੇ ਸੀਗੇ, ਪਰ ਇਹਨਾਂ ਨੇ ਜਿਹੜਾ ਹੈਗਾ ਸਾਨੂੰ ਉੱਥੇ ਪਹੁੰਚਣ ਦਿੱਤਾ ਹੀ ਨਹੀਂ। ਦੂਸਰੀ ਗੱਲ ਜਿੱਦਾਂ ਚਲੋ ਪ੍ਰੋਟੈਸਟ ਮੁਜ਼ਾਹਰੇ ਕਰਨੇ ਵੀ ਆਪਾਂ ਹਰ ਵਾਰੀ ਕਰਦੇ ਹਾਂ, ਕੋਈ ਇਹਦਾ ਦੂਸਰਾ ਰਾਹ ਜਿੱਦਾਂ ਕਾਨੂੰਨੀ ਰਾਹ ਹੈ ਨਹੀਂ ਸੀ ਵੀ ਅਸੀਂ CBI ਦੀ ਜਿਹੜੀ ਕਲੋਜ਼ਰ ਰਿਪੋਰਟ ਆ ਉਹਨੂੰ ਕਾਨੂੰਨੀ ਤੌਰ ਤੇ ਉਹਨੂੰ ਚੈਲੰਜ ਕਰ ਸਕੀਏ? ਬਿਲਕੁਲ ਜੀ, ਹੈਗੇ ਰਾਹ ਸਾਰੇ ਹੈਗੇ ਆ। ਰਾਹ ਜਿਹੜੇ ਆ ਉਹ ਜਦੋਂ ਅਸੀਂ ਕਾਨੂੰਨ ਦੇ ਚੱਕਰਾਂ 'ਚ ਪੈਂਦੇ ਹਾਂ ਤੇ ਸਾਨੂੰ ਇਹ 20-20 ਸਾਲ ਟਪਾਉਂਦੇ ਆ ਉੱਥੇ, ਤੇ ਸਾਨੂੰ ਚੁਰਾਸੀ ਦੇ ਦੰਗਿਆਂ ਦੀ ਵੇਖੋ ਜਿਹੜੇ ਜਿਹੜੇ ਕਤਲੇਆਮ ਸੀ 84 ਦਾ ਕਤਲੇਆਮ ਹੋਇਆ ਉਹਦੀ ਸਜ਼ਾ ਜਿਹੜੀ ਸਾਨੂੰ ਕਿੰਨੇ ਦੇਰ ਬਾਅਦ ਉਹਦਾ ਇਨਸਾਫ਼ ਮਿਲਿਆ, ਤੇ ਇਨਸਾਫ਼ ਮਿਲਿਆ ਕਿ ਹੁਣ ਉਹਨਾਂ ਨੂੰ ਬਰੀ ਵੀ ਕਰ ਦਿੱਤਾ ਇਹਨਾਂ ਨੇ ਵੀ ਜਮਾਨ ਦੇ ਅਤੇ ਸਾਰੇ ਦੋਸ਼ੀਆਂ ਨੂੰ। ਇਸ ਕਰਕੇ ਇਹ ਕਾਨੂੰਨ ਦੇ ਜੇ ਜਾਣੇ ਆ ਤੇ ਕਾਨੂੰਨ ਤੇ ਸਾਨੂੰ ਕੋਈ ਭਰੋਸੇ ਨਹੀਂ ਰਿਹਾ ਤੇ ਵੀ ਟਾਈਮ ਬਹੁਤ ਲਾ ਦਿੰਦੇ ਆ। ਜਿਹੜੀ ਚਲੋ ਹੈ ਇਹ ਵੀ ਕਾਨੂੰਨੀ ਕਾਰਵਾਈ, ਇਹ ਵੀ ਮੰਨਣ ਵਾਲੀ ਗੱਲ ਆ ਵੀ ਜਿਹੜੀ CBI ਹੈ ਯਾਰ ਇਹ ਵੀ ਕਾਨੂੰਨੀ ਕਾਰਵਾਈ ਰਹੀ ਆ, ਪਰ ਫਿਰ ਜਿਹੜਾ ਇਹਨਾਂ ਦਾ ਮੜਾ ਜਿਵੇਂ ਇੱਕ ਸ਼ਾਰਟਕੱਟ ਲਾ ਲਓ ਵੀ ਜਲਦੀ ਜਿਹੜਾ ਉਹਨਾਂ ਨੂੰ ਦੋਸ਼ੀ ਬਣਾ ਦੇਣਗੇ ਜਾਂ ਇਹਦੀ ਆਪਣੀ ਕਾਰਵਾਈ ਜਿਹੜੀ ਦੋਸ਼ੀ ਬਣਾ ਕੇ ਦੇਣਗੇ, ਦੋਸ਼ੀ ਬਣਾਇਆ ਉਹਨਾਂ ਸਾਰਾ ਕੁਝ ਕਾਰਵਾਈ ਕਰਨਗੇ। ਜੇ ਕੋਰਟ ਜਾਂਦੇ ਆ ਕੋਰਟ ਦੇ ਵਿੱਚ ਸਾਨੂੰ ਆਪਣੀਆਂ ਗਵਾਹੀਆਂ ਦਿੰਦੀ 10 ਸਾਲਾਂ ਨੂੰ ਜਾਣੇ ਆ। ਕਿੰਨਾ ਸਮਾਂ? ਅੱਛਾ ਚਲੋ ਹੁਣ ਆਪਾਂ ਇਹ ਇੱਥੇ ਆਉਂਦੇ ਹਾਂ ਵੀ ਇਹੀ ਜਿਹੜੀ ਗਵਰਨਮੈਂਟ ਕੈਪਟਨ ਦੀ ਸਰਕਾਰ ਬਣੀ ਆ
ਤੇ ਜਿੱਦਾਂ ਆਪਾਂ ਗੱਲ ਕੀਤੀ ਹੈ 2015 ਤੋਂ ਸਰਬੱਤ ਖਾਲਸਾ ਵੀ ਹੋਇਆ, ਉਸ ਤੋਂ ਬਾਅਦ ਜਥੇਦਾਰ ਵੀ ਚੁਣੇ, ਫਿਰ ਆਪਾਂ ਵੱਡੇ ਵੱਡੇ ਮੁਜ਼ਾਹਰੇ ਉੱਥੇ ਮਤਲਬ ਜਿਹੜੇ ਆ ਰੋਕ ਕੇ ਤਕਰੀਬਨ ਪੂਰਾ ਪੰਜਾਬ ਹੀ ਜਾਮ ਕਰ ਦਿੱਤਾ ਸੀਗਾ, ਤੇ ਫੇਰ ਵੀ ਕੁਛ ਨਹੀਂ ਬਣਿਆ। ਉਸ ਤੋਂ ਬਾਅਦ ਬਰਗਾੜੀ ਦਾ ਮੋਰਚਾ ਲੱਗਾ, ਬਰਗਾੜੀ ਦੇ ਮੋਰਚੇ ਦੇ ਵਿੱਚ ਆਪਾਂ ਐਂਡ ਦੇ ਵਿੱਚ ਆ ਜਾਂਦੇ ਹਾਂ, ਵਾਅਦੇ ਕੀਤੇ ਸਹੀ ਸਰਕਾਰ ਨੇ, ਜਿਨ੍ਹਾਂ ਨੇ ਵਾਅਦੇ ਸਿਰਸੇ ਵਾਲੇ ਨਾਲ ਕੀਤੇ ਉਹ ਪੂਰੇ ਕਰ ਰਹੇ ਆ, ਜਿਹੜੇ ਸਿੱਖ ਕੌਮ ਨਾਲ ਕੀਤੇ ਜਾਂ ਜਥੇਦਾਰਾਂ ਨਾਲ ਕੀਤੇ ਆ ਉਹ ਬਿਲਕੁਲ, ਜਿੱਥੇ ਮਤਲਬ ਸੰਗਤਾਂ ਨੂੰ ਵਿਸ਼ਵਾਸ ਦਵਾਇਆ ਗਿਆ ਸੀ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਕਰ ਲਿਆ ਪੂਰੇ ਕਰੂਗੀ, ਨਾ ਕਰੂਗੀ ਤਾਂ ਅਸੀਂ ਆਹ ਕਰਾਂਗੇ ਉਹ ਕਰਾਂਗੇ, ਉਹ ਚੀਜ਼ ਤੁਸੀਂ ਹੁਣ ਨੌਜਵਾਨਾਂ ਨੇ ਇਹਨੂੰ ਦੁਬਾਰਾ ਚੱਕਿਆ, ਲੇਕਿਨ ਜਿਹੜੀ ਉਹ ਤੈਰਿਆ ਉਹ ਚੁੱਪਿਆ। ਬਿਲਕੁਲ ਜੀ, ਦੇਖੋ ਇਹ ਉਹ ਧਿਰ ਤੇ ਫਿਰ ਉਹੀ ਦੱਸ ਸਕਦੀ ਨਾ ਵੀ ਉਹਨਾਂ ਨਾਲ ਕੀ ਗੱਲਬਾਤ ਹੋਈ ਸੀ, ਕਿਉਂਕਿ ਜਿਹੜੀ ਉਹਨਾਂ ਨਾਲ ਸਰਕਾਰ ਨਾਲ ਗੱਲਬਾਤ ਹੋਈ ਸੀ ਉਹਨੂੰ ਉਜਾਗਰ ਹੀ ਨਹੀਂ ਕੀਤਾ ਗਿਆ। ਉਹਦੇ ਤੁਹਾਨੂੰ ਦਾਦੂ ਸਾਹਿਬ ਵਾਲੀ ਦੱਸਦੇ ਰਹੇ ਆ ਵੀ ਸਾਨੂੰ ਪਤਾ ਹੀ ਨਹੀਂ ਵੀ ਕੀ ਗੱਲ ਹੋਈ ਆ ਸਰਕਾਰ ਦੇ ਨਾਲ, ਇਸ ਕਰਕੇ ਉਹ ਗੁਪਤ ਸਮਝੌਤਾ ਸੀ ਕੋਈ, ਤੇ ਉਹ ਗੁਪਤ ਸਮਝੌਤਾ ਜਿਹੜਾ ਅੱਜ ਤੱਕ ਨਹੀਂ ਪਤਾ ਲੱਗਾ, ਤੇ ਉਹਦੇ ਬਾਰੇ ਫਿਰ ਅਸੀਂ ਕੁਛ ਨਹੀਂ ਕਹਿ ਸਕਦੇ। ਉਹਦੇ ਫਿਰ ਉਹੀ ਜਿਹੜੇ ਆਗੂ ਸੰਸਥਾ ਉਹੀ ਗੱਲ ਕਰ ਸਕਦੇ ਆ ਵੀ ਕੀ ਉਹਨਾਂ ਦੀ ਗੱਲਬਾਤ ਹੋਈ ਸੀ ਸਰਕਾਰ ਨਾਲ। ਸਰਕਾਰ ਤੇ ਇੱਕ ਸਵਾਲ ਆਉਂਦਾ ਹੀ ਆ ਵੀ ਜੇ ਸਿੱਖਾਂ ਨਾਲ ਵਾਅਦੇ ਕੀਤੇ ਆ ਜਿਹੜੇ, ਮਤਲਬ ਉਹ ਨਹੀਂ ਕਿਹਾ ਵੀ ਅਸੀਂ ਜਿਹੜੇ ਬੰਦੀ ਸਿੰਘ ਆ ਰਿਹਾ ਕਰ ਦਾਂਗੇ, ਜਿਹੜੀਆਂ ਬਾਹਰਲੀਆਂ ਜੇਲ੍ਹਾਂ ਤੋਂ ਉਹਨਾਂ ਨੂੰ ਵਾਪਸ ਲੈ ਆਵਾਂਗੇ, ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਆ ਉਦੋਂ ਇਹ ਐਲਾਨ ਕੀਤਾ ਕਿ 27-28 ਦੋਸ਼ੀ ਜਿਹੜੇ ਫੜ ਲਏ ਗਏ ਆ, ਤੇ ਜਦੋਂ ਕਿ ਉਹ ਜਿਹੜੇ ਸਿੱਖਾਂ ਨਾਲ ਵਾਅਦੇ ਕੀਤੇ ਉਹ ਧਰੇ ਧਰਾਏ ਰਹਿ ਗਏ, ਤੇ ਜਿਹੜਾ ਸਿਰਥੇ ਵਾਲਿਆਂ ਦਾ ਜਿਹੜਾ ਮਹਿੰਦਰਪਾਲ ਜਿਹਾ ਇੱਕ ਮਾਰਿਆ ਜਾਂਦਾ ਤੇ ਉਹਨਾਂ ਦੇ ਸਾਰੇ ਵਾਅਦੇ ਪੂਰੇ ਵੀ ਹੋ ਰਹੇ ਆ, ਫਿਰ ਸਰਕਾਰ ਦੇ ਖਿਲਾਫ਼ ਕਿਉਂ ਨਹੀਂ ਮੁਜ਼ਾਹਰਾ ਕੀਤਾ ਜਾਂਦਾ? ਬਿਲਕੁਲ ਜੀ, ਇਹ ਬੜੀ ਵੱਡੀ ਗੱਲ ਆ ਇੱਕ ਵੀ ਇੱਕ ਮਤਲਬ ਸਮਝਣਾ ਵੀ ਸਿੱਖਾਂ ਦਾ ਕੋਈ ਭਾਰ ਹੀ ਨਹੀਂ ਸਰਕਾਰ ਨੂੰ, ਇਹ ਸਮਝਦੇ ਨੇ ਵੀ ਸਾਰੇ ਵੰਡੇ ਹੋਏ ਨੇ ਕੋਈ ਕਿਸ ਤਰ੍ਹਾਂ, ਨਾ ਇਹਨਾਂ ਦੇ ਆਗੂ ਜਿਹੜੇ ਨੇ ਕੋਈ ਉਹ ਤਰੀਕੇ ਨਾਲ ਚੱਲਦੇ ਆ, ਹਰੇਕ ਆਗੂ ਜਿਹੜਾ ਉਹ ਆਪਣੇ ਆਪਣੇ ਤਰੀਕੇ ਨਾਲ ਚੱਲ ਕੇ, ਜਥੇਬੰਦੀਆਂ ਕੋਈ ਇਕੱਠੀਆਂ ਨਹੀਂ ਹੈਗੀਆਂ, ਸਰਸੇ ਵਾਲੇ ਜਿਹੜੇ ਆ ਉਹ ਆਪਣੀ ਇੱਕ ਇਕੱਠੇ ਹੋ ਕੇ ਚੱਲਦੇ ਆ, ਤੇ ਸਰਕਾਰ ਨੂੰ ਉਹਨਾਂ ਦੀਆਂ ਵੋਟਾਂ ਦੀ ਲੋੜ ਆ, ਇਹਨਾਂ ਨੂੰ ਸਿੱਖਾਂ ਦੀ ਵੋਟਾਂ ਦੀ ਲੋੜ ਹੀ ਨਹੀਂ ਲੱਗਦੀ ਸਰਕਾਰ ਨੂੰ, ਐਵੇਂ ਲੱਗਦਾ। ਤੇ ਇਹਦੇ ਵਿੱਚ ਸਾਡੀਆਂ ਕਮੀਆਂ ਨੇ ਜਿੱਥੇ ਸਰਕਾਰ ਦੀਆਂ, ਸਾਡੀਆਂ ਵੀ ਕਮੀਆਂ ਨੇ ਜਿਹਦੇ ਵਿੱਚ ਸਾਨੂੰ ਕਿੱਥੇ, ਸਾਨੂੰ ਸਾਡੇ 'ਚ ਕਿਹੜੀ ਘਾਟ ਆ, ਸਾਨੂੰ ਉਹਦੇ ਤੇ ਗੱਲ ਕਰਨੀ ਚਾਹੀਦੀ ਆ, ਉਹਦੇ ਤੇ ਉਹਨੂੰ ਉਹਤੇ ਵਿਚਾਰ ਕਰਕੇ ਅੱਗੇ ਵਧਣਾ ਚਾਹੀਦਾ। ਬਿਲਕੁਲ ਬਿਲਕੁਲ ਜੀ, ਹਾਂ। ਤੇ ਦੂਸਰੀ ਗੱਲ ਆਪਣੇ ਬਗੀਚਾ ਸਿੰਘ, ਦੂਜੇ ਠੋਪਣੀ ਨਹੀਂ ਚਾਹੀਦੀ। ਹਾਂ, ਬਗੀਚਾ ਸਿੰਘ ਜੀ, ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਪੰਜਾਬ ਸਰਕਾਰ ਮਤਲਬ ਇਕੱਲਾ ਇਹ ਇਸ਼ੂ ਨਹੀਂ ਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਾਡੇ ਲਈ ਸਿੱਖਾਂ ਲਈ ਤਾਂ ਬਹੁਤ ਵੱਡਾ ਇਸ਼ੂ ਆ, ਪਰ ਦੂਏ ਪਾਸੇ ਪੰਜਾਬ ਦੀ ਜਵਾਨੀ ਮਤਲਬ ਇਹਨੂੰ ਜਿੱਦਾਂ ਖਤਮ ਕਰਨ ਦੇ ਕੰਢੇ ਤੇ, ਇੱਥੇ ਤੱਕ ਕੁੜੀਆਂ ਦੀਆਂ ਵੀ ਆ ਇਹੋ ਜਿਹੀਆਂ ਸੋਸ਼ਲ ਮੀਡੀਆ ਤੇ ਵੀਡੀਓ ਆ ਰਹੀਆਂ ਵੀ ਜਿਹੜੀਆਂ ਨਸ਼ਾ ਕਰਨ ਲਈ ਆਪਣਾ ਸਰੀਰ ਵੀ ਵੇਚ ਰਹੀਆਂ, ਤੇ ਇਹੋ ਜਿਹਾ ਹਾਲਾਤ ਬਣ ਗਿਆ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦਾ ਗੁਟਕਾ, ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦਾ ਗੁਟਕਾ। ਆਵਾਜ਼ ਕੱਟੀ ਆ ਰਹੀ ਜੀ ਤੁਹਾਡੀ, ਬੇਨਤੀ ਹੈ ਕਿ ਤੁਹਾਡੀ ਆਵਾਜ਼ ਬਿਲਕੁਲ ਨਹੀਂ ਮੇਰੇ ਕੋਲ ਆਈ ਜੀ, ਆ ਜਿਹੜਾ ਹੁਣ ਤੁਸੀਂ ਜੋ ਵੀ ਮੇਰੇ ਨਾਲ ਸਵਾਲ ਕੀਤੇ ਨੇ ਇਹ ਬਿਲਕੁਲ ਹੀ ਕੱਟੇ ਗਏ, ਰਿਪੀਟ ਕਰੋ ਸਰ। ਮੈਂ ਦੁਬਾਰਾ ਕਰਦਾ, ਮੈਂ ਇਹ ਗੱਲ ਕਹਿਣੀ ਚਾਹੁੰਦਾ ਬਈ ਹੁਣ ਆਉਂਦੀ ਆਵਾਜ਼? ਹਾਂਜੀ ਹਾਂਜੀ। ਹਾਂ ਬਗੀਚਾ ਸਿੰਘ ਜੀ, ਮੈਂ ਇਹ ਗੱਲ ਕੀਤੀ ਸੀ ਕਿ ਜਿਹੜੀ ਪੰਜਾਬ ਸਰਕਾਰ ਆ ਵੀ ਇਸ ਜੇਨ ਜਿਹੜੇ ਵਾਅਦੇ ਕੀਤੇ ਉਹਦੇ ਪੂਰੇ ਨਹੀਂ ਕੀਤੇ, ਲੇਕਿਨ ਜਿਹੜੇ ਹੋਰ ਵੀ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਸਰਕਾਰ ਦੇ ਵਿੱਚ ਆਏ ਸੀਗੇ ਉਹ ਵੀ ਨੇ ਪੂਰੇ ਕੀਤੇ। ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਇੰਨਾ ਧੱਸ ਚੁੱਕਾ ਕਿ ਸਾਡੀਆਂ ਜਿਹੜੀਆਂ ਲੜਕੀਆਂ ਉਹ ਵੀ ਨਸ਼ਿਆਂ 'ਤੇ ਲੱਗ ਗਈਆਂ, ਇੱਥੋਂ ਤੱਕ ਕਿ ਆਪਣਾ ਸਰੀਰ ਵੀ ਵੇਚਣ ਲੱਗ ਪਈਆਂ, ਅਤੇ ਅਸੀਂ ਪੰਜਾਬ ਸਰਕਾਰ ਕਾਂਗਰਸ ਦੇ ਖਿਲਾਫ਼ ਬਿਲਕੁਲ ਚੌਪਿਆਂ, ਅਤੇ ਜਦੋਂ ਵੀ ਅੱਜ ਵੀ ਕੋਈ ਮੁਜ਼ਾਹਰਾ ਜਾਂ ਕੋਈ ਗੱਲ ਹੁੰਦੀ ਆ ਉਹ ਜਿਹੜੇ ਬਾਦਲ ਆ ਉਹ ਜਿਹੜਾ ਜਿੱਥੇ ਉਹਨਾਂ ਦਾ ਕਸੂਰ ਆ ਤਾਂ ਹੈਗਾ ਹੀ ਹੈਗਾ, ਲੇਕਿਨ ਉਹਨਾਂ ਉਹਨਾਂ ਦੇ ਦੁਆਲੇ ਜਾਂ ਉਹਨਾਂ ਦੀਆਂ ਕੋਠੀਆਂ ਦੁਆਲੇ ਤਾਂ ਆਪਾਂ ਮੁਜ਼ਾਹਰਾ ਕਰਨ ਚੱਲ ਜਾਂਦੇ ਹਾਂ, ਅਤੇ ਕੈਪਟਨ ਦੇ ਦੁਆਲੇ ਅਸੀਂ ਕੋਈ ਗੱਲ ਨਹੀਂ ਕਰ ਰਹੇ।
ਬਿਲਕੁਲ ਜੀ, ਦੇਖੋ ਵੈਸੇ ਮੈਂ ਮਾਫ਼ੀ ਚਾਹੁੰਦਾ ਤੁਹਾਡੀ ਦੁਬਾਰੇ ਫਿਰ ਗੱਲ ਵਿੱਚੋਂ ਬਹੁਤ ਗੱਲਾਂ ਕੱਟੀਆਂ ਗਈਆਂ, ਮੈਨੂੰ ਸਮਝ ਨਹੀਂ ਲੱਗੀ, ਆਵਾਜ਼ ਕੱਟ ਕੱਟ ਕੇ ਆ ਰਹੀ ਸੀਗੀ। ਲਾਸਟ ਗੱਲ ਜਿਹੜੀ ਹੈ ਤੁਸੀਂ ਮੈਨੂੰ ਇਹ ਜਿਹੜੀ ਕਹੀ ਹੈ, ਮੈਨੂੰ ਕੁਛ ਸਮਝ ਲੱਗੀ ਵੀ ਆਪ ਜਿਹੜੀਆਂ ਜਥੇਬੰਦੀਆਂ ਨੇ ਇਹ ਕਾਂਗਰਸ ਸਰਕਾਰ ਦਾ ਘੇਰਾਓ ਕਿਉਂ ਨਹੀਂ ਕਰ ਰਹੀਆਂ। ਕੋਲ ਇਹ ਅਸੀਂ ਇਲੈਕਸ਼ਨ ਸੀਗਾ, ਅਸੀਂ ਬਿਲਕੁਲ ਇਹਨਾਂ ਦਾ ਸਾਰਿਆਂ ਦਾ ਬਰਾਬਰ ਵਿਰੋਧ ਕਰਦੇ ਰਹੇ ਹਾਂ ਤੇ ਅੱਗੇ ਵੀ ਕਰਾਂਗੇ। ਇਹ ਹੁਣ ਸਾਰੇ ਜਥੇਬੰਦੀਆਂ ਜਿਹੜੀਆਂ ਉਹਨਾਂ ਦਾ ਹਰੇਕ ਦਾ ਆਪਣਾ ਆਪਣਾ ਵਿਚਾਰ ਹੈ, ਉਹਨਾਂ ਦਾ ਆਪਣਾ ਆਪਣਾ ਤਰੀਕਾ ਹੈ। ਤੇ ਅਸੀਂ ਜਿਹੜਾ ਜਿਹੜੀ ਨੌਜਵਾਨੀਆਂ ਇਹ ਬਿਲਕੁਲ ਵੀ ਕਿਸੇ ਵੀ ਸਰਕਾਰ ਦੇ ਅੰਡਰ ਨਾਲ ਦੱਬ ਕੇ ਚੱਲਣ ਨਾਲ ਨਹੀਂ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਸਰਕਾਰ ਨੂੰ ਵੀ ਘੇਰਾਂਗੇ, ਇਹਨੂੰ ਵੀ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ। ਸਟੈਪ ਬਾਏ ਸਟੈਪ ਜਿਹੜਾ ਅਸੀਂ ਆਪਣਾ ਜਿਹੜਾ ਜਿਹੜਾ ਹੈਗਾ ਵਿਰੋਧ ਉਹ ਜਾਰੀ ਕਰਾਂਗੇ। ਤੇ ਜਿਹੜਾ ਹੁਣ ਤੁਸੀਂ CBI ਨੂੰ ਮੋਮੈਂਟਮ ਦੇਣਾ ਸੀ, ਇਹ ਮੋਮੈਂਟਮ ਫਿਰ ਦੇ ਦਿੱਤਾ ਜਾਂ ਨਹੀਂ ਦਿੱਤਾ? ਹਾਂਜੀ, ਮੋਮੈਂਟਮ ਜਿਹੜਾ ਦਿੱਤਾ ਗਿਆ ਸੀਗਾ, ਪੰਜ ਸਿੰਘਾਂ ਦੀ ਉਹਦੇ ਡਿਊਟੀ ਲਾਈ ਗਈ ਸੀ, ਉਹ ਚਲੇ ਗਏ ਸੀਗੇ ਤੇ ਉਹ ਜਿਹੜੇ ਉੱਥੇ ਨਾਲ ਗਏ ਸੀਗੇ, ਜਿਹੜੇ ਬਚ ਗਏ ਸੀਗੇ, ਜਿਹਨਾਂ ਨੂੰ ਜ਼ਿਆਦਾ ਉੱਥੇ ਨਹੀਂ ਜ਼ਿਆਦਾ ਵਿਰੋਧਤਾ ਕਰਨੀ ਪਈ, ਤੇ ਉਹ ਬੰਦੇ ਫਿਰ ਅੰਦਰ ਘੱਲੇ ਸੀਗੇ ਪੰਜ ਸਿੰਘ, ਉਹ ਜਾ ਕੇ ਫਿਰ ਆਪਣਾ ਦੇ ਆਏ ਸੀਗੇ। ਤੇ ਜਿੱਦਾਂ ਹੁਣ ਉੱਥੇ ਜਖਮੀ ਵੀ ਹੋ ਗਏ, ਕਾਫੀ ਸਿੰਘਾਂ ਦੇ ਸੱਟਾਂ ਵੀ ਲੱਗੀਆਂ, ਤੇ ਉਹਨਾਂ ਦਾ ਕੀ ਹਾਲ ਚਾਲ ਹੈ ਜਾਂ ਕਿਵੇਂ ਆ ਉਹ ਬਾਕੀ ਦੇ ਸਿੰਘ? ਉਹ ਹੋਸਪਿਟਲ ਵਿੱਚ ਨੇ ਜੀ, ਉਹਨਾਂ ਦਾ ਇਲਾਜ ਜਿਹੜਾ ਉਹ ਜਥੇਬੰਦੀਆਂ ਵੱਲੋਂ ਕਿੱਦਾਂ ਕਰਾਇਆ ਜਾ ਰਿਹਾ ਜੀ। ਠੀਕ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਤੁਸੀਂ ਮੇਰੇ ਖਿਆਲ ਅੱਜ ਵੀ ਸ਼ਾਇਦ ਲੁਧਿਆਣੇ ਦੇ ਵਿੱਚ ਜਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਹੈ, ਇਸ ਸੰਬੰਧ ਦੇ ਵਿੱਚ ਕੀ ਤੁਹਾਨੂੰ ਲੱਗਦਾ ਬਈ ਜਿਹੜੀ ਇਹ ਮੂਵਮੈਂਟ ਆ ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਲੈਣ ਲਈ ਕੀ ਕਿੱਧਰ ਨੂੰ ਤੁਰਨਾ ਪਊਗਾ ਜਾਂ ਕੀ ਕਰੋਗੇ ਤੁਸੀਂ? ਦੇਖੋ ਜੀ, ਜਿਵੇਂ ਵੀ ਜਥੇਬੰਦੀਆਂ ਦਾ ਪ੍ਰੋਗਰਾਮ ਬਣੇਗਾ, ਜਲਦੀ ਇੱਕ ਅਸੀਂ 24 ਅਗਸਤ ਨੂੰ ਇੱਕ ਜਿਹੜਾ ਖਾਲਸਾ ਮਾਰਚ ਜਿਹੜਾ ਉਹ ਕੱਢ ਰਹੇ ਹਾਂ ਫਤਿਹਗੜ੍ਹ ਸਾਹਿਬ ਤੋਂ ਰਾਜਪਾਲ ਭਵਨ ਤੱਕ, ਜੋ 21 ਮੈਂਬਰੀ ਕਮੇਟੀ ਹੈ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਲਾ ਦੀ ਅਗਵਾਈ ਵਿੱਚ ਜਿਹੜੀ ਬਣੀ ਆ, ਉਹ ਇੱਕ ਬੜਾ ਵੱਡਾ ਜਿਹੜਾ ਇੱਕ ਪੰਜਾਬ ਦੇ ਵਿੱਚੋਂ ਤੇ ਹੋਰ ਸਟੇਟਾਂ ਚੋਂ ਵੀ ਸੰਗਤਾਂ ਉੱਥੇ ਪਹੁੰਚ ਰਹੀਆਂ ਨੇ, ਉਸ ਤੋਂ ਬਾਅਦ ਅਸੀਂ ਰਾਜਪਾਲ ਜਾ ਰਹੇ ਹਾਂ। ਬਹੁਤ ਵੱਡਾ, ਸਰਕਾਰ ਨੂੰ ਬਿਲਕੁਲ ਹੀ ਬਖਸ਼ਾਂਗੇ ਨਹੀਂ, ਜੇ ਸਰਕਾਰ ਨੇ ਸਾਨੂੰ ਇਨਸਾਫ ਨਾਲ ਦਿੱਤਾ ਤੇ ਸਿੱਖ ਕੌਮ ਇਨਸਾਫ ਲੈਣ ਜਾਣ ਦੀ ਹੈ। ਇਹ ਕਿੰਨੀ 24 ਅਗਸਤ ਨੂੰ, ਮਤਲਬ ਅੱਜ ਤੋਂ ਮਹੀਨਾ ਬਾਅਦ? ਹਾਂਜੀ, ਪੂਰਾ ਮਹੀਨਾ ਪਿਆ ਜੀ, ਪੂਰਾ ਮਹੀਨਾ। ਧੰਨਵਾਦ ਜੀ ਬਗੀਚਾ ਸਿੰਘ ਜੀ। ਕੋਈ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਨਾ ਪੁੱਛੀ ਹੋਵੇ, ਤੁਹਾਡੇ ਮਨ 'ਚ ਹੋਵੇ, ਵੀ ਅਸੀਂ ਆਵਾਜ਼ ਕੌਮ ਦੇ ਦਰਸ਼ਕਾਂ ਨੂੰ ਦੱਸ ਦਈਏ, ਜ਼ਰੂਰ ਆਖਰ ਦੇ ਵਿੱਚ ਦੱਸ ਸਕਦੇ ਹੋ? ਸਭ ਤੋਂ ਪਹਿਲਾਂ ਤਾਂ ਆਪ ਜੀ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਕੌਮ ਦੀ ਆਵਾਜ਼ ਨੂੰ ਜਿਹੜਾ ਉਹ ਦੁਨੀਆਂ ਵਿੱਚ ਪਹੁੰਚਾਇਆ। ਜਿਹੜੀ ਵੀ ਕੋਈ ਪੰਜਾਬ ਦੇ ਵਿੱਚ ਐਕਟੀਵਿਟੀ ਹੁੰਦੀ ਆ ਤੇ ਉਹ ਤੁਸੀਂ ਸੰਗਤਾਂ ਨਾਲ ਸਾਂਝੀ ਕਰਦੇ ਹੋ। ਜੇ ਹੋਰ ਬਾਕੀ ਗੱਲਾਂ ਇਹ ਨੇ ਵੀ ਜਿਹੜੇ ਬੰਦੀ ਸਿੰਘ ਨੇ ਜੇਲ੍ਹਾਂ 'ਚ ਬੰਦ ਤੇ ਉਹਨਾਂ ਦੀਆਂ ਸਾਡੀਆਂ ਗੱਲਾਂ ਕਰੀਆਂ ਰਹਿ ਗਈਆਂ ਨੇ ਵੀ ਉਹਨਾਂ ਨੂੰ ਅਸੀਂ ਪੰਜਾਬ 'ਚ ਲਿਆ ਰਹੇ ਹਾਂ ਜਾਂ ਉਹਨਾਂ ਨੂੰ ਜਿਹੜਾ ਹੈਗਾ ਜਲਦੀ ਸਰਕਾਰਾਂ ਰਿਹਾ ਕਰਨਗੀਆਂ, ਉਹ ਚੀਜ਼ਾਂ ਜਿਹੜੀਆਂ ਸਾਰੀਆਂ ਰੁਕੀਆਂ ਪਈਆਂ ਨੇ ਉੱਥੇ ਜਥੇਬੰਦੀਆਂ ਇਸ ਮਸਲੇ ਤੇ ਜਿਹੜੀਆਂ ਗੱਲ ਕਰਨਾ ਬੰਦ ਕਰ ਚੁੱਕੀਆਂ ਨੇ, ਇਹ ਬੜੀ ਨਿਰਾਸ਼ਾਜਨਕ ਆ। ਪਰ ਅਸੀਂ ਜਿਹੜਾ ਹੈਗਾ ਹੁਣ ਤੁਹਾਨੂੰ ਸ਼ਾਇਦ ਇੱਕ ਪਤਾ ਹੋਣਾ ਕਿ ਜਿਹੜੇ ਸਿੰਘ ਫੜੇ ਸੀਗੇ ਬਾਦਲ ਨੂੰ ਮਾਰਨ ਦੀ ਸਾਜਿਸ਼ ਦੇ ਵਿੱਚ ਯੂਪੀ ਪੁਲਿਸ ਨੇ ਤੇ ਪੰਜਾਬ ਪੁਲਿਸ ਨੇ, ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ 7 ਸਾਲ। ਸਿਰਫ ਆ 1 ਸਾਲ ਦੇ ਵਿੱਚ ਹੀ ਉਹਨਾਂ ਦਾ ਕੇਸ ਦਾ ਨਿਪਟਾਰਾ ਕਰ ਦਿੱਤਾ, ਉਹਨਾਂ ਨੂੰ ਦਬਾਅ ਪਾ ਕੇ ਕਬੂਲ ਕਰਾਇਆ ਗਿਆ। ਉਹਨਾਂ ਨੇ ਜਦੋਂ ਬੱਚੇ ਆਏ ਸੀ ਛੋਟੀ ਉਮਰ ਦੇ, 20 ਜਾਂ 18 ਸਾਲ ਦੀ ਉਮਰ ਦੇ ਮੁੰਡੇ ਸੀਗੇ, ਉਹਨਾਂ ਨੇ ਕਬੂਲ ਕਰ ਲਿਆ ਤੇ ਉਹਨਾਂ ਨੂੰ ਸਜ਼ਾ ਸੁਣਾਈ ਗਈ। ਤੇ ਸਿੱਖ ਜਥੇਬੰਦੀਆਂ ਨੂੰ ਉਹਨਾਂ ਬਾਰੇ ਅੱਜ ਤੱਕ ਕੋਈ ਜਾਣਕਾਰੀ ਨਹੀਂ ਕਿ ਉਹ ਕਿੱਥੇ ਨੇ। ਉਹ ਲਖਨਊ ਜੇਲ੍ਹ 'ਚ ਬੰਦ ਕੀਤਾ ਹੋਇਆ ਉਹਨਾਂ ਨੂੰ, ਅੱਜ ਤੱਕ ਉਹਨਾਂ ਦੇ ਕੋਈ ਵਾਰਸ ਉਹਨਾਂ ਦਾ ਕੋਈ ਸਾਰ ਲੈਣ ਤੱਕ ਨਹੀਂ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਦੁਖਦਾਇਕ ਨੇ ਤੇ ਮੈਂ ਆਸ ਕਰਦਾ ਕਿ ਇਹ ਚੀਜ਼ਾਂ ਨੂੰ ਬਗੀਚਾ ਸਿੰਘ ਜੀ, ਇਹ ਗੱਲ ਜਿੱਦਾਂ ਤੁਸੀਂ ਪਹਿਲਾਂ ਵੀ ਵਿੱਚ ਆਪਣੇ ਗੱਲਬਾਤ ਕਰਦਿਆਂ ਦੇ ਕਰ ਚੁੱਕੇ ਆ ਵੀ ਜਿੰਨਾ ਚਿਰ ਅਸੀਂ ਜਿਹੜਾ ਸਾਡਾ ਖਲਾਰਾ ਵੱਖਰਾ ਵੱਖਰਾ ਪਿਆ ਆ, ਇੱਥੋਂ ਤੱਕ ਕਿ ਜਿਹੜੇ ਕੌਮੀ ਜਥੇਦਾਰ ਉਹਨਾਂ ਦਾ ਵੀ ਆਪਸ ਵਿੱਚ ਕੋਈ ਤਾਲਮੇਲ ਨਹੀਂ, ਕੋਈ ਮੀਟਿੰਗ ਨਹੀਂ, ਕੋਈ ਗੱਲਬਾਤ ਨਹੀਂ ਗੀ, ਤੇ ਜਿੰਨਾ ਚਿਰ ਇਹ ਚੀਜ਼ਾਂ ਮਤਲਬ ਆਪਾਂ ਇੱਕ ਥਾਂ ਇਕੱਠੇ ਜਿਹੜੀਆਂ ਠੀਕ ਆ ਸੰਘਰਸ਼ ਚੱਲਦਿਆਂ ਦੇ ਵਿੱਚ ਊਚ ਨੀਚ ਕਮਜ਼ੋਰੀਆਂ ਵੀ ਰਹਿ ਜਾਂਦੀਆਂ, ਪਰ ਜੇ ਆਪਾਂ ਇੱਦਾਂ ਖਲਾਰਾ ਪਾਈ ਰੱਖਿਆ ਤੇ ਉਹ ਸਰਕਾਰਾਂ ਨੂੰ ਤੇ ਜਾਂ ਜਿਹੜੇ ਮਤਲਬ ਸਾਡੇ ਵਿਰੋਧੀ ਆ ਜਿਹਨਾਂ ਨੂੰ ਆਪਾਂ ਕਹਿੰਦੇ ਜੀ ਸਾਡੇ ਵਿਰੋਧੀ ਆ, ਤੇ ਉਹਨਾਂ ਨੂੰ ਤੇ ਇਹਦਾ ਫਾਇਦਾ ਹੀ ਆ, ਉਹਨਾਂ ਨੂੰ ਤੇ ਕੋਈ ਨੁਕਸਾਨ ਨਹੀਂ ਗਾ।
ਬਿਲਕੁਲ ਜੀ, ਉਹਨਾਂ ਦਾ ਫਾਇਦਾ ਵੀ ਹੋ ਰਿਹਾ ਤੇ ਅਸੀਂ ਆਪਣਾ ਜਿਹੜਾ ਹੈਗਾ ਨੁਕਸਾਨ ਆਪ ਖੁਦ ਕਰ ਰਹੇ ਹਾਂ, ਤੇ ਜਿੰਨਾ ਚਿਰ ਅਸੀਂ ਹਉਮੈ ਨਹੀਂ ਛੱਡਦੇ ਆਪਣੀ। ਅੱਜ ਅਸੀਂ ਹਰੇਕ ਆਪਣੀ ਜਥੇਬੰਦੀ ਨੂੰ ਚਮਕਾਉਣ ਤੇ ਲੱਗਾ, ਕੌਮ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਹਰੇਕ ਕਹਿੰਦਾ ਵੀ ਮੇਰੀ ਜਥੇਬੰਦੀ ਜਾਓ, ਮੈਂ ਆਗੂ ਬਣਾ ਤੇ ਮੇਰੇ ਅੰਦਰ ਹੀ ਤਾਰਾ ਕੰਮ ਹੋਏ। ਜਿਹੜਾ ਸਾਨੂੰ ਨੁਕਸਾਨ ਕਰ ਰਿਹਾ, ਸਾਨੂੰ ਆਪਣੀ ਜਥੇਬੰਦੀਆਂ ਦੀ ਬਜਾਏ ਸਾਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ, ਜੋ ਅਕਾਲ ਪੁਰਖ ਸੱਚੇ ਪਾਤਸ਼ਾਹ ਮਿਹਰ ਕਰਨ ਤੇ ਅਸੀਂ ਅਕਾਲ ਤਖ਼ਤ ਨੂੰ ਸਮਰਪਿਤ ਹੋ ਕੇ ਚੱਲੀਏ ਤੇ ਕੌਮ ਜਿਹੜੀ ਇੱਕ ਇਕਮੁੱਠ ਹੋਵੇ ਤੇ ਆਪਣੇ ਹੱਥ ਲਏ। ਬਹੁਤ ਬਹੁਤ ਧੰਨਵਾਦ ਜੀ ਬਗੀਚਾ ਸਿੰਘ ਜੀ, ਫੇਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।